ਸਰ ਅਸੀਂ ਨਾ ਪੌਣੇ 5 ਸਾਲ ਤੋਂ ਜਿਹੜੇ ਪ੍ਰੋਟੈਸਟ ਜਿਹੜੇ ਕਰਦੇ ਆ ਰਹੇ ਮੰਤਰੀ ਬਦਲੇ ਸਿੱਖਿਆ ਮੰਤਰੀ ਬਦਲਿਆ ਕੈਬਨਟਾਂ ਚੇਂਜ ਹੋਈਆਂ ਹਜੇ ਤੱਕ ਸਾਡਾ ਜਿਹੜਾ ਕੋਈ ਵੀ ਹੱਲ ਨਹੀਂ ਹੋਇਆ ਅਸੀਂ ਬੀਆਈ ਟੈਟ ਪਾਸ ਯੂਨੀਅਨ ਵੱਲੋਂ ਐਸਐਸਟੀ ਪੰਜਾਬੀ ਹਿੰਦੀ ਤੇ ਦੀਆਂ 9000 ਪੋਸਟਾਂ ਦੇ ਇਸ਼ਤਿਹਾਰੇ ਜਾਰੀ ਕਰਵਾਉਣ ਦੇ ਸੰਬੰਧ ਵਿੱਚ ਵਾਰ-ਵਾਰ ਪ੍ਰੋਟੈਸਟ ਕਰ ਰਹੇ ਹਾਂ ਕੱਲ ਵੀ ਸਾਨੂੰ ਲਾਰਾ ਲਾਇਆ ਗਿਆ ਸੀਗਾ ਵੀ ਤੁਹਾਡਾ ਜਿਹੜਾ ਨੋਟੀਫਿਕੇਸ਼ਨ ਆ ਜਿਹੜਾ ਉਹ ਜਾਰੀ ਕਰ ਦਿੱਤਾ ਜਾਊਗਾ ਮੰਤਰੀ ਦੇ ਜਿਹੜੇ ਪੀਏ ਨਾਲ ਜਿਹੜੀ ਕੱਲ ਸਾਡੀ ਗੱਲਬਾਤ ਹੋਈ ਸੀਗੀ ਪਰ ਉਹ ਵੀ ਲਾਰਾ ਸਾਬਤ ਹੋਈ ਇਸ ਕਾਰਨ ਸਾਨੂੰ ਅੱਜ ਦੁਬਾਰਾ ਫਿਰ ਪ੍ਰੋਟੈਸਟ ਕਰਨਾ ਪਿਆ ਤੇ ਸਾਡੇ ਨਾਲ ਇੱਥੋਂ ਦੀ ਪੁਲਿਸ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਬੁਰਾ ਵਿਵਹਾਰ ਕੀਤਾ ਸਾਡੀਆਂ ਪੱਗਾਂ ਉਤਾਰ ਦਿੱਤੀਆਂ ਗਈਆਂ ਧੀਆਂ ਭੈਣਾਂ ਦੇ ਡੰਡਾਂ ਦੀਆਂ ਜਿਹੜੇ ਹੁੱਜਾਂ ਨੇ ਉਹ ਮਾਰੀਆਂ ਗਈਆਂ ਤੇ ਉਸ ਤੋਂ ਉਪਰੰਤ ਸਾਡੇ ਨਾਲ ਗਾਲੀ ਗਲੋਚ ਦਾ ਜਿਹੜਾ ਬੁਰਾ ਵਿਵਹਾਰ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਜੀ ਤੇ ਸਾਡੇ ਨਾਲ ਜਿਹੜੀ ਕਿ ਮਹਿਲਾ ਅਧਿਆਪਕ ਸੀ ਜੀ ਉਹ ਫੱਟੜ ਹੋ ਗਈ ਤੇ ਉਸ ਨੂੰ ਹਸਪਤਾਲ ਦੇ ਵਿੱਚ ਰੈਫਰ ਕਰਵਾਇਆ ਗਿਆ ਹਾਂਜੀ ਬੀਏ ਟੈਟ ਪਾਸ ਬੇਰਗ ਅਧਿਆਪਕ ਯੂਨੀਅਨ ਵੱਲੋਂ ਲਗਭਗ ਸਾਡੇ ਪੌਣੇ 5 ਸਾਲ ਤੋਂ ਜਿਹੜਾ ਆਪਣੀ ਐਸਐਸਟੀ ਹਿੰਦੀ ਪੰਜਾਬੀ ਦੀਆਂ ਪੋਸਟਾਂ ਦੇ ਇਸ਼ਤਿਹਾਰ ਨੂੰ ਲੈ ਕੇ ਲੜਾਈ ਆ ਜਿਹੜੀ ਚੱਲ ਰਹੀ ਆ ਸਾਡੇ ਦੋ ਸਾਥੀ ਜਲੰਧਰ ਪਾਣੀ ਵਾਲੀ ਟੈਂਕੀ ਦੇ ਉੱਪਰ ਡਟੇ ਹੋਏ ਨੇਗੇ ਪਿਛਲੀ 28 ਤਰੀਕ ਤੋਂ ਉਹਨਾਂ ਦੇ ਵਿੱਚ ਇੱਕ ਸਾਥੀ ਨੂੰ ਲਗਭਗ 100 ਦਿਨ ਹੋਣ ਜਾ ਰਿਹਾ ਹੈਗਾ ਟੈਂਕੀ ਦੇ ਉੱਪਰ ਬੈਠਿਆਂ ਨੂੰ ਕੱਲ ਅਸੀਂ ਇਹਨਾਂ ਦੀ ਕੋਠੀ ਦਾ ਘਰਾਓ ਕੀਤਾ ਸੀਗਾ ਪ੍ਰਗਟ ਸਿੰਘ ਜੀ ਦਾ ਕਿਉਂਕਿ ਜਦੋਂ ਦੇ ਇਹ ਸਿੱਖਿਆ ਮੰਤਰੀ ਬਣੇ ਨੇ ਲਾਰਾ ਤੇ ਲਾਰਾ ਨੇ ਜਿਹੜੇ ਉਹ ਸਾਨੂੰ ਦੇ ਰਹੇ ਨੇ ਕੱਲ ਵੀ ਇਹਨਾਂ ਨੇ ਆਪਣੇ ਪੀਏ ਨਾਲ ਗੱਲ ਕਰਵਾਈ ਸੀਗੀ ਜਿਹਦੇ ਵਿੱਚ ਅੱਜ ਸਾਡਾ ਮਸਲਾ ਹੱਲ ਕਰਨ ਦਾ ਇਹਨਾਂ ਨੇ ਭਰੋਸਾ ਦਿੱਤਾ ਸੀਗਾ ਵੀ ਤੁਹਾਡੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਊਗਾ ਅਸੀਂ ਉਹ ਭਰੋਸਾ ਲੈ ਕੇ ਅਸੀਂ ਵਾਪਸ ਚਲੇ ਗਏ ਸੀਗੇ ਪਰ ਅੱਜ ਅਸੀਂ ਇੰਤਜ਼ਾਰ ਕਰਨ ਤੋਂ ਬਾਅਦ ਅਸੀਂ ਕੋਠੀ ਵਾਲ ਨੂੰ ਮਾਰਚ ਕਰਨ ਆ ਰਹੇ ਸੀਗੇ ਜਿੱਥੇ ਇੱਥੇ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਦੇ ਨਾਲ ਬਦਸਲੂਕੀ ਜਿਹੜੀ ਇਹਨਾਂ ਨੇ ਮਤਲਬ ਕਿ ਇੱਕ ਅਣਮਨੁੱਖੀ ਜਿਹੜਾ ਇਹਨਾਂ ਨੇ ਵਰਤਾਰਾ ਉਹ ਕੀਤਾ ਹੁੱਜਾਂ ਮਾਰਨੀਆਂ ਉਹ ਵੀ ਧੀਆਂ ਭੈਣਾਂ ਦੇ ਪੇਟ ਦੇ ਵਿੱਚ ਹੁੱਜਾਂ ਮਾਰਨੀ ਆ ਇਹ ਕਿੱਥੋਂ ਤੱਕ ਦੀ ਜਿਹੜੀ ਹੈਗੀ ਆ ਸਮਝਦਾਰੀ ਵਾਲੀ ਗੱਲ ਆ ਤੇ ਮੈਂ ਤਾਂ ਮਹਿਲਾ ਮਨੁੱਖੀ ਅਧਿਕਾਰ ਕਮਿਸ਼ਨ ਦੀ ਬੀਬੀ ਜੀ ਨੂੰ ਵੀ ਅਪੀਲ ਕਰੂੰਗਾ ਵੀ ਉਹ ਬਹੁਤ ਐਕਟਿਵ ਨੇ ਵੀ ਉਹ ਇਸ ਮਸਲੇ ਵੱਲ ਵੀ ਧਿਆਨ ਦੇਣ ਬਣਦੀ ਜਿਹੜੀ ਕਾਰਵਾਈ ਆ ਉਹ ਇਹਨਾਂ ਖਿਲਾਫ ਕਰਨ ਤੇ ਦੂਜੀ ਗੱਲ ਜਿੰਨਾ ਟਾਈਮ ਸਾਡੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਨਹੀਂ ਹੁੰਦਾ ਅਸੀਂ ਮਰਨ ਮਿਟਣ ਲਈ ਤਿਆਰ ਆ ਕਿਉਂਕਿ 5 ਸਾਲ ਤੋਂ ਅਸੀਂ ਇਹਨਾਂ ਦੇ ਲਾਰੇ ਸੁਣ ਰਹੇ ਹਾਂ ਹੁਣ ਅਸੀਂ ਇਹਨਾਂ ਦੇ ਲਾਰਿਆਂ ਦੇ ਵਿੱਚ ਨਹੀਂ ਆਵਾਂਗੇ ਅਸੀਂ ਕਰੋ ਜਾਂ ਮਰੋ ਦੀ ਨੀਤੀ ਦੇ ਤਹਿਤ ਚੱਲਾਂਗੇ ਹੁਣ